ਇਨਕਲਾਬੀ ਗੀਤਾਂ ਦੀ ਇਹ ਆਵਾਜ਼ ਸ਼ੰਭੂ ਬਾਰਡਰ ਤੇ ਗੂੰਜ ਰਹੀ ਹੈ, ਜਿੱਥੇ ਕਿਸਾਨਾਂ ਮਜ਼ਦੂਰਾਂ ਦੇ ਵੱਲੋਂ ਅੱਜ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਕਿਸਾਨ ਮਜ਼ਦੂਰ ਇਕੱਠੇ ਹੋਏ। ਜ਼ਿਕਰ ਖਾਸ ਹੈ ਕਿ MSP ਸਣੇ ਆਪਣੀਆਂ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ 3 ਮਹੀਨਿਆਂ ਤੋਂ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਤੇ ਕਿਸਾਨਾਂ ਮਜ਼ਦੂਰਾਂ ਦੇ ਵੱਲੋਂ ਭਾਰ ਗਰਮੀ ਅਤੇ ਤਪ ਦੀਆਂ ਸੜਕਾਂ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਘਰ ਵਾਪਸੀ ਨਹੀਂ ਕਰਨਗੇ। ਅਜਿਹੇ ਵਿੱਚ ਸਰਹੱਦਾਂ ਤੇ ਬੈਠੇ ਕਿਸਾਨ ਹਰ ਦਿਨ ਦਿਵਸ ਦਿਹਾੜਾ ਬਾਰਡਰਾਂ ਤੇ ਹੀ ਮਨਾ ਰਹੇ ਨੇ ਤੇ ਇਸੇ ਕੜੀ ਦੇ ਵਿੱਚ ਅੱਜ ਸਿਰਫ ਸ਼ੰਭੂ ਹੀ ਨਹੀਂ ਬਲਕਿ ਖਨੌਰੀ ਡੱਬ ਵਾਲੀ ਬਾਰਡਰਾਂ ਤੇ ਵੀ ਮਜ਼ਦੂਰ ਦਿਵਸ ਮਨਾਇਆ ਗਿਆ। ਅੱਜ ਮਜ਼ਦੂਰਾਂ ਦਾ ਕੌਮਾਂਤਰੀ ਦਿਹਾੜਾ ਵਾ 1 ਮਈ ਦਾ, ਅਤੇ ਆਪਾਂ ਸਾਰੇ ਬਾਰਡਰਾਂ 'ਤੇ ਚਾਹੇ ਸ਼ੰਭੂ ਹੋਵੇ, ਖਨੌਰੀ ਹੋਵੇ, ਡੱਬ ਵਾਲੀ ਰਤਨਪੁਰਾ ਰਾਜਸਥਾਨ ਹੋਵੇ, ਸਾਰੇ ਥਾਵਾਂ 'ਤੇ ਮਜ਼ਦੂਰਾਂ ਦਾ ਇਹ ਦਿਵਸ ਮਨਾਇਆ ਵਾ। ਔਰ ਦੇਖੋ, ਕਿਉਂਕਿ ਦੁਨੀਆ ਭਰ ਦੇ ਵਿੱਚ ਮਜ਼ਦੂਰਾਂ ਨੇ ਸੰਘਰਸ਼ ਕਰਕੇ 8 ਘੰਟੇ ਪੱਕਾ ਰੁਜ਼ਗਾਰ ਹਾਸਲ ਕੀਤਾ ਸੀਗਾ। ਅੱਜ ਜਿਵੇਂ ਕਾਰਪੋਰੇਟ ਮਾਡਲ ਲਾਗੂ ਹੋ ਰਿਹਾ, ਹੁਣ ਜਿਹੜੇ ਮਜ਼ਦੂਰਾਂ ਦੇ ਕਾਨੂੰਨ ਆ ਉਹ ਖਤਮ ਕੀਤੇ ਜਾ ਰਹੇ ਆ, ਅਤੇ ਹੁਣ 8 ਘੰਟੇ ਦੀ ਬਜਾਏ 12 ਘੰਟੇ ਜਿਹੜਾ ਉਹ ਕੰਮ ਲਿਆ ਜਾ ਰਿਹਾ ਮਜ਼ਦੂਰਾਂ ਕੋਲ। ਔਰ ਉਹ ਕੱਚਾ ਰੁਜ਼ਗਾਰ, ਪੱਕਾ ਰੁਜ਼ਗਾਰ ਖੋਇਆ ਜਾ ਰਿਹਾ ਵਾ, ਕੱਚਾ ਰੁਜ਼ਗਾਰ ਮਿਲ ਰਿਹਾ ਹੈਗਾ। ਤਾਂ ਅੱਜ ਫਿਰ ਜ਼ਰੂਰਤ ਹੈਗੀ ਆ ਵੀ ਜਿਹੜਾ ਪੱਕਾ ਰੁਜ਼ਗਾਰ ਪਾਉਣ ਦੀ ਖਾਹਿਸ਼ ਆ ਪੂਰੀ ਦੁਨੀਆ ਦੇ ਵਿੱਚ, ਉਹ ਦੋਹਰੇ ਮੰਗਾਂ ਉੱਭਰਨ, ਅਤੇ ਜਿਹੜਾ ਵਾ ਜੋ ਵੀ ਕੋਈ ਚਾਹੇ ਕੋਈ ਵੀ ਕੰਮ ਕਰਦਾ ਵਾ ਕਿਸੇ ਵੀ ਖੇਤਰ ਵਿੱਚ, 8 ਘੰਟੇ ਡਿਊਟੀ ਹੋਵੇ ਅਤੇ ਪੱਕਾ ਰੁਜ਼ਗਾਰ ਮਿਲੇ, ਇਹ ਅੱਜ ਅਸੀਂ ਮਨਾਇਆ ਹੈਗਾ। ਬਾਕੀ ਸਾਡਾ ਮੋਰਚਾ ਤੁਹਾਨੂੰ ਪਤਾ 75 ਦਿਨ ਹੋ ਗਏ ਨੈਸ਼ਨਲ ਮੰਗਾਂ 'ਤੇ ਚੱਲਦਿਆਂ ਨੂੰ ਸ਼ੰਭੂ ਬਾਰਡਰ 'ਤੇ, ਰੇਲ ਰੋਕੋ ਲਗਭਗ 14 ਦਿਨ ਹੋ ਚੱਲੇ ਸਾਡੇ ਜਿਹੜੇ ਕਿਸਾਨਾਂ ਦੀ ਰਿਹਾਈ ਵਾਸਤੇ ਚੱਲ ਰਿਹਾ ਹੈਗਾ। ਦੂਸਰਾ ਤੁਹਾਨੂੰ ਪਤਾ ਹੋਊਗਾ, ਅੱਜ ਇੰਡਸਟਰੀ ਵੱਲੋਂ ਵੀ ਇੱਕ ਪ੍ਰੈਸਮੈਨ ਆਇਆ ਵਾ ਲੁਧਿਆਣੇ ਦੀ, ਵੀ ਉਹ ਬੋਲ ਰਹੇ ਵੀ ਉਹਨਾਂ ਦਾ ਇਸ ਰੇਲ ਰੋਕੋ ਨਾਲ ਨੁਕਸਾਨ ਹੋ ਰਿਹਾ ਵਾ। ਠੀਕ ਆ, ਉਹਨਾਂ ਦੀ ਗੱਲ ਵਾਜਬ ਆ, ਜਦੋਂ ਕਿਤੇ ਵੀ ਰੇਲ ਰੋਕੋ ਚੱਲਦਾ ਵਾ ਆਵਾਜਾਈ 'ਤੇ ਉਹਦਾ ਅਸਰ ਪੈਂਦਾ ਵਾ, ਲੋਕ ਪ੍ਰਭਾਵਿਤ ਹੁੰਦੇ ਆ। ਪਰ ਬਹੁਤ ਛੋਟੇ ਮੁੱਦੇ 'ਤੇ ਅਸੀਂ ਕਿਹਾ ਸੀ ਅਤੇ ਰੇਲਾਂ ਜਾਮ ਹੀ ਨਹੀਂ ਕਰਨਾ ਚਾਹੁੰਦੇ। ਰੇਲਾਂ ਜਾਮ ਕਰਨ ਤੋਂ ਪਹਿਲਾਂ 10 ਦਿਨ ਅਸੀਂ ਬੋਲਦੇ ਰਹੇ ਹਾਂ ਕਿ ਭਾਈ ਸਾਡੇ ਨਾਲ ਬਹਿ ਕੇ ਸਮਝੌਤਾ ਕਰ ਲਓ, 3 ਕਿਸਾਨਾਂ ਨੂੰ ਰਿਹਾਅ ਕਰਨਾ ਬਹੁਤ ਛੋਟਾ ਮਸਲਾ ਵਾ। ਹਾਂ, ਸਰਕਾਰ ਇਹ ਕੁਛ ਚਾਹੁੰਦੀ ਸੀਗੀ, ਇਹ ਠੀਕ ਹੈ, ਵਪਾਰੀਆਂ ਦੀ ਗੱਲ, ਉਹਨਾਂ ਦਾ ਵਪਾਰ ਪ੍ਰਭਾਵਿਤ ਪਿਆ। ਪਰ ਦੂਸਰੇ ਬੰਨੇ ਤੁਸੀਂ ਇਹ ਹਿਸਾਬ ਲਾਓ ਵੀ 75 ਦਿਨ ਹੋ ਗਏ ਆ ਸਰਕਾਰ ਨੂੰ ਸੜਕ ਡੱਕਿਆ, ਵਪਾਰ ਦਾ ਤਾਂ ਇੱਥੇ ਵੀ ਅਸਰ ਪੈ ਰਿਹਾ, ਖਲੌਰੀ 'ਤੇ, ਡੱਬ ਵਾਲੀ 'ਤੇ, ਇੱਥੇ ਕੋਈ ਨਹੀਂ ਬੋਲਿਆ ਹੈਗਾ। ਯਾਨੀ ਇਹ ਟਾਈਮਿੰਗ ਦੋਵੇਂ ਵਿਚਾਰਨ ਵਾਲੀਆਂ ਗੱਲਾਂ ਵੀ ਜਿਹੜਾ ਸਰਕਾਰ ਨੇ ਰੋਕ ਕੇ ਰੱਖਿਆ ਗਿਆ ਉਹਦੇ 'ਤੇ ਕੋਈ ਵਪਾਰੀਆਂ ਦਾ ਪ੍ਰੈਸ ਬੈਨ ਨਹੀਂ ਆਇਆ ਅਤੇ ਨਾ ਉਹ ਬੋਲੇ ਹੈਗੇ ਆ। ਤਾਂ ਸਾਨੂੰ ਲੱਗਦਾ, ਦੇਖੋ ਗੱਲ ਇੱਥੋਂ ਤੱਕ ਜਾਇਜ਼ ਆ ਵੀ ਸਰਕਾਰ ਇਹਦੇ ਪਿੱਛੇ ਆ। ਠੀਕ ਆ, ਇੰਡਸਟਰੀ ਦੇ ਭਾਵੇਂ ਨੁਕਸਾਨ ਹੋ ਰਿਹਾ, ਕਿਸਾਨਾਂ ਨੂੰ ਬਦਨਾਮ ਕਰਨ ਦਾ ਭਾਜਪਾ ਸਰਕਾਰ ਹਰ ਹੀਲਾ ਵਰਤਦੀ ਆ। ਅਸੀਂ ਸਭ ਨੇ ਭਗਵੰਤ ਮਾਨ ਵੀ ਤਾਂ ਰਲ ਕੇ ਚੱਲਦਾ ਉਹਨਾਂ ਨਾਲ, ਤਾਂ ਮਤਲਬ ਇਹ 'ਤੇ ਕੋਈ ਅੰਦੋਲਨ 'ਤੇ ਅਸਰ ਤਾਂ ਨਹੀਂ ਪੈਂਦਾ। ਉਵੇਂ ਠੀਕ ਆ, ਲੋਕਾਂ ਦੀ ਖੱਜਲ ਖਰਾਬੀ ਅਸੀਂ ਮੰਨਦੇ ਹਾਂ, ਸਰਕਾਰ ਜ਼ਿੰਮੇਵਾਰ ਦੇ ਵਾਸਤੇ। ਹਾਂਜੀ, ਆਪਾਂ ਗੱਲ ਕਰੀਏ, ਤੁਸੀਂ ਕਹਿੰਦੇ ਵੀ ਛੋਟੀ ਜਿਹੀ ਮੰਗ ਹੈਗੀ ਹੈ ਕਿਸਾਨਾਂ ਦੀ ਕਿ ਰੇਲਵੇ ਲਾਈਨਾਂ ਨੇ ਦਿਨ ਹੋ ਗਏ ਬੰਦ ਪਈਆਂ ਨੇ, ਤੁਹਾਨੂੰ ਲੱਗਦਾ ਫਿਰ ਜੇ ਇਹ ਛੋਟੀ ਜਿਹੀ ਮੰਗ ਨਹੀਂ ਮੰਨ ਰਹੇ ਤਾਂ ਤੁਹਾਡੀ ਜਿਹੜੀ MSP ਵਾਲੀ ਮੰਗ ਹੈ ਉਹ ਮੰਨ ਲੈਣਗੇ, ਸਰਕਾਰ ਮੰਨ ਲੈਣਗੇ? ਹਾਂ, ਦੇਖੋ ਦੋ ਗੱਲਾਂ ਨੇ ਅੱਡ ਅੱਡ, ਔਰ ਇਹ ਛੋਟੀ ਜਿਹੀ ਮੰਗ ਕਿਉਂ ਨਹੀਂ ਮੰਨ ਰਹੇ? ਉਹਨਾਂ ਨੂੰ ਲੱਗਦਾ ਵੀ ਅਸੀਂ ਕਿਸਾਨਾਂ ਨੂੰ ਬਦਨਾਮ ਕਿਵੇਂ ਕਰ ਲਈਏ।
ਜਾਂ ਇਹਨਾਂ ਦਾ ਹੌਸਲਾ ਕਿਵੇਂ ਪਸਤ ਕਰ ਦਈਏ ਤੋਂ ਲਾਉਣ। ਸਾਨੂੰ ਇਸ ਗੱਲ ਦਾ ਪਤਾ ਵਾ, ਦੇਖੋ ਕਿਸਾਨ ਵੀ ਰਿਹਾ ਹੋਣਗੇ ਔਰ ਵੱਡੀਆਂ ਮੰਗਾਂ ਵੀ ਮਨਾਈਆਂ ਜਾਣਗੀਆਂ। ਔਰ ਤੁਹਾਨੂੰ ਪਤਾ ਹਮੇਸ਼ਾ ਹੀ ਅੰਦੋਲਨ ਦੇ ਵਿੱਚ ਸਰਕਾਰ ਤੁਹਾਡਾ ਸਬਰ ਦਾ ਪਰਖ ਕਰਦੀ ਹੁੰਦੀ ਆ, ਔਰ ਹੁਣ ਵੀ ਕਰ ਰਹੀ ਆ। ਨਾ ਸਾਡਾ ਪਹਿਲਾ ਅੰਦੋਲਨ ਹੈ ਨਾ ਆਖਰੀ ਅੰਦੋਲਨ ਹੈ, ਅਤੇ ਸਾਡੇ ਤਜਰਬੇ ਆ। ਤੁਸੀਂ ਦੇਖਿਓ ਆਮ ਮੰਗਾਂ ਵੀ ਮਨਾਵਾਂਗੇ ਅਤੇ ਉਹਦੇ ਦੇ ਵਿੱਚ ਵੀ ਲੰਮੀ ਲੜਾਈ ਦੇਵਾਂਗੇ। ਦੇਖੇ ਸਾਰੇ ਬਾਰਡਰ, ਇੱਕ ਤਾਂ ਇੱਥੇ ਸ਼ੰਭੂ 'ਚ ਆ, ਇੱਕ ਖਨੌਰੀ ਵੀ ਆ, ਇੱਕ ਡੱਬਵਾਲੀ ਵੀ ਚੱਲ ਰਿਹਾ, ਇੱਕ ਰਤਨਪੁਰਾ ਰਾਜਸਥਾਨ 'ਚ, ਚਾਰ ਥਾਵਾਂ 'ਤੇ ਮੋਰਚਾ ਸਾਡਾ ਚੱਲਾ, ਚਮਾਂ ਥਾਵਾਂ 'ਤੇ ਮਜ਼ਦੂਰ ਦਿਹਾੜਾ ਮਨਾਇਆ ਗਿਆ।